अपने ही कर ला पी
ਚੋਚਲੇ ਮੋਚਲੇ ਚੋਚਲੇ ਮੋਚਲੇ ਤੇ ਉਹ ਹੋ ਗਿਆ ਸੈਟਿੰਗ ਤੇ ਐਲੋਵੇਰਾ ਦੇ ਜਿਹਦਾ ਮੈਨੂੰ ਪਤਾ ਵੀ ਬਹੁਤ ਸਾਰੇ ਫਾਇਦੇ ਹੁੰਦੇ ਆ ਫੇਸ 'ਤੇ ਲਗਾਈਏ ਪਿੰਪਲਸ ਨਹੀਂ ਆਉਂਦੇ ਪਰ ਮੈਂ ਤਾਂ ਕਦੀ ਲਗਾਈ ਨਹੀਂ ਪਰ ਪਿੰਪਲਸ ਮੇਰੇ ਆ ਵੀ ਜਾਂਦੇ ਆ ਮੇਰੇ ਪਿੰਪਲਸ ਪਤਾ ਨਹੀਂ ਕਿਉਂ ਜ਼ਿਆਦਾ ਹੀ ਆਉਂਦੇ ਆ ਅਤੇ ਆਈ ਥਿੰਕ ਮੈਂ ਥੋੜ੍ਹਾ ਤਲਿਆ ਤੁਲਿਆ ਜਾਂ ਫਿਰ ਹੈ ਨਾ ਫਰਾਈ ਚੀਜ਼ਾਂ ਥੋੜ੍ਹੀਆਂ ਜ਼ਿਆਦਾ ਖਾ ਲੈਂਦੀ ਹਾਂ ਜਿਵੇਂ ਨਮਕੀਨ ਹੋ ਗਿਆ ਆਹ ਜਿਹੜੀ ਚੀਜ਼ ਮੈਂ ਬਹੁਤ ਖਾਂਦੀ ਹਾਂ ਇਸ ਕਰਕੇ ਮੈਨੂੰ ਲੱਗਦਾ ਤਾਂ ਮਿਲ ਜਾਂਦੀ ਹੈ ਨਾ ਨਮਕੀਨ ਵਗੈਰਾ ਖਾ ਲਈਦਾ ਵਾ ਨਹੀਂ ਖਾ ਹੀ ਲਈਦਾ ਲਗਭਗ ਤੇ ਉਹਦਾ ਕਰਕੇ ਤਾਂ ਤੂੰ ਹੁਣ ਜਦੋਂ ਘਰ ਨਹੀਂ 24 ਘੰਟੇ ਮੈਂ ਤੂੰ ਮੇਰੇ ਸਿਰ ਤੇ ਚੜ ਕੇ ਬੈਠੀ ਰਹਿੰਦੀ ਹਾਂ ਇੱਦਾਂ ਨਹੀਂ ਕਦੀ ਕਦੇ ਖਾ ਹੀ ਲਈਦਾ ਵਾ ਤੇ ਅਜੇ ਮੈਂ ਨਹਾਉਣਾ ਵਾ ਤੇ ਵਲੌਗ ਦੀ ਆਪਾਂ ਸ਼ੁਰੂਆਤ ਕਰ ਲਈ ਆ ਤੇ ਵੇਖਦੇ ਹਾਂ ਅੱਗੇ ਅੱਗੇ ਆਪਾਂ ਤੁਹਾਨੂੰ ਨਾਲ ਕੀ ਸ਼ੇਅਰ ਕਰਦੇ ਹਾਂ ਬਸ ਬਣੇ ਰਹੋ ਐਂਡ ਤੱਕ ਤੇ ਕਵਰ ਜਦੋਂ ਸ਼ੇਅਰ ਕਰਾਂਗੇ ਜੇ ਹੋ ਸਕਿਆ ਤੇ ਮਸ਼ੀਨ ਸੈੱਟ ਕਰ ਦਿਓਵਾਂਗੇ ਜਦੋਂ पौने 11 बजे का टाइम हो चुका है ते मैं नहा धो के हुण पूरा फ्री हो गई जगरूप आ गए ने ड्यूटी तो जगरूप नूं आउंदे टाइम मैं कहा हीगा कि तुसीं सब्जी लई आयो ਤੇ ਉਹਨਾਂ ਨੇ ਸਬਜ਼ੀ ਲਿਆਂਦੀ ਆ ਜਿਹੜਾ ਕਿ ਹੁਣ ਰਾਤ ਦਾ ਆਪਾਂ ਡਿਨਰ ਬਣਾਉਣਾ ਹੈ ਤੇ ਸਬਜ਼ੀ ਮੈਂ ਹੁਣੇ ਕੱਟ ਕੇ ਰੱਖ ਲਾਂਗੀ ਜੇ ਪੌਣੇ 11 ਦਾ ਟਾਈਮ ਹੋਇਆ ਮੈਂ ਫ੍ਰੀ ਹਾਂ ਉਹ ਵੇਖੋ ਸੁਣੋਈ ਉੱਪਰ ਚੜ ਕੇ ਬਹਿ ਗਈ ਬੈੱਡ ਦੇ ਨਾਲ ਹੀ ਤੇ ਉਹ ਮੈਂ ਦਿਖਾ ਨਹੀਂ ਸਕਦੀ ਅਜੇ ਕਿਉਂਕਿ ਜੇ ਜਗਰੂਪ ਨੇ ਕੱਪੜੇ ਵੀ ਹੁਣੇ ਡਿਊਟੀ ਤੋਂ ਆਏ ਆ ਤੇ ਕੱਪੜੇ ਚੇਂਜ ਕਰਨ ਵਾਲੇ ਆ ਤੇ ਇਸ ਕਰਕੇ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਕੀ ਸਬਜ਼ੀ ਲਿਆਂਦੀ ਅੱਜ ਸਬਜ਼ੀ ਜਗਰੂਪ ਨੇ ਲਿਆਂਦੀ ਪਰਵਰ ਆ ਪਰਵਰ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਹੁੰਦੇ ਆ ਮੈਂ ਸਪੈਸ਼ਲ ਮੰਗਵਾਏ ਮੈਂ ਹਜੇ ਬਣਾਉਣੇ ਆ ਉਦੋਂ ਮੈਂ ਵੇਖ ਕੇ ਆਈ ਹਾਂ ਮੈਂ ਅੱਡੇ 'ਤੇ ਗਈ ਹਾਂ ਮੈਂ ਦੇ ਬਰਾਬਰ ਉਦੋਂ ਮੇਰਾ ਸ਼ਾਮੀ ਜੀ ਪਈ ਵੇਖ ਕੇ ਆਈ ਹਾਂ ਮੈਂ ਹਾਂ ਇਹੋ ਕਿਸੇ ਦਿਨ ਮੰਗਵਾਉਂਦੇ ਬਣਵਾਉਂਦੇ ਹਾਂ ਅਤੇ ਇਹ ਹੁੰਦੇ ਆ ਪਰਵਰ ਜਿਹੜੇ ਕਿ ਚਿੱਬੜਾਂ ਵਰਗੇ ਲੱਗਦੇ ਨਾ ਚਿੱਬੜਾਂ ਵਰਗੇ ਲੱਗਦੇ ਆ ਅਤੇ ਅੱਜ ਆਪਾਂ ਇਹਨਾਂ ਦੀ ਸਬਜ਼ੀ ਬਣਾਵਾਂਗੇ ਅਤੇ ਤੁਹਾਨੂੰ ਮੈਂ ਇਹਦੀ ਰੈਸਪੀ ਵੀ ਸ਼ੇਅਰ ਕਰਾਂਗੀ ਅਤੇ ਹੁਣ ਜੀ ਆਪਾਂ ਇਹਨੂੰ ਕੱਟ ਲਈਏ ਅਤੇ ਮੈਂ ਜਾ ਕੇ ਕਿਚਨ ਦੇ ਵਿੱਚ ਉਹਦਾ ਕਿਵੇਂ ਸਮਾਨ ਅਤੇ ਮਿਲਦੇ ਆਪਾਂ ਤੁਹਾਨੂੰ ਥੋੜ੍ਹੀ ਦੇਰ ਤੱਕ ਇਹਦੇ ਵਿੱਚ ਬੀ ਜਿਹੜੇ ਹੋ ਰਹਿਣਗੇ ਫਿਰ ਹੋ ਜੂ ਫਰਾਈ ਤੇ ਜੇ ਨਾ ਵਧੀਆ ਬਣੇ ਤੇ ਫਿਰ ਹੋ ਜੂ ਲੜਾਈ ਇਹ 10-10 ਰੁਪਏ ਦਾ ਹੀ ਸਮਾਨ ਤੇ ਰੇਹੜੀ ਤੇ ਚੱਲਦੀ ਫਿਰਦੀ ਹੀ ਦੁਕਾਨ ਸਾਡਾ ਨੀ ਹੋਇਆ ਕੋਈ ਨੁਕਸਾਨ ਸ਼ਰਮਾਇਆ ਨਾ ਕਰੋ ਜਿਹੜੀ ਗੱਲ ਮੂੰਹ ਆਏ ਉਹ ਸੁਣਾਇਆ ਕਰੋ ਸੁਣਾਇਆ ਕਰੋ ਕਿਉਂਕਿ ਜਦੋਂ ਆਪਾਂ ਹਾਸੇ ਭਾਣੇ ਵਾਲੀਆਂ ਆਪਣੀਆਂ ਘਰ ਦੀਆਂ ਨਾਰਮਲ ਗੱਲਾਂ ਆਪਾਂ ਦੱਸਾਂਗੇ ਨਾ ਤੇ ਵਲੌਗ ਵੀ ਦੇਖੋ ਨਾਲੇ ਗੱਲਾਂ ਦੱਸਾਂਗੇ ਤੇ ਦੱਸਦੇ ਨਾਲੇ ਹੱਸਾਂਗੇ ਨਾਲੇ ਅਸੀਂ ਹੱਸਾਂਗੇ ਤੇ ਨਾਲੇ ਤੁਸੀਂ ਹੱਸੋਗੇ ਤੇ ਘਰ ਦੇ ਵਿੱਚ ਤੁਹਾਨੂੰ ਪਤਾ 100 ਟੈਨਸ਼ਨਾਂ ਹੁੰਦੀਆਂ ਜੇ ਤੁਸੀਂ ਹੱਸੋਗੇ ਤੇ ਸਾਡਾ ਵੀ ਵਲੌਗ ਬਣਾਉਣ ਦਾ ਜਿਹੜਾ ਮਕਸਦ ਪੂਰਾ ਹੋਊਗਾ ਇਤਰਾ ਹੀ ਹਾਸੇ ਭਾਣੇ ਚ ਜ਼ਿੰਦਗੀ ਕੱਟੀ ਜਾਵੇ ਤਾਂ ਵਧੀਆ ਰਹਿੰਦੀ ਆ ਜ਼ਿੰਦਗੀ ਉਹ ਹੀ ਚੱਲਦੀ ਆ ਜੇ ਹੱਸ ਕੇ ਕੱਟ ਲਾਂਗੇ ਉਹ ਵੀ ਲੰਘ ਜਾਣੀ ਜਿਹੜੀ ਰੋ ਕੇ ਕੱਟਾਂਗੇ ਲੰਘ ਉਹ ਵੀ ਜਾਣੀ ਪਰ ਉਹ ਥੋੜੀ ਔਖੀ ਲੰਘਣੀ ਆ ਤੇ ਜੇ ਆਪਾਂ ਹੱਸ ਕੇ ਕੱਟਾਂਗੇ ਉਹ
ਖੁਸ਼ ਰਹਿਣ ਨਾਲ ਸਭ ਕੁਛ ਵਧੀਆ ਰਹਿੰਦਾ, ਸਿਹਤ ਵੀ ਵਧੀਆ ਰਹਿੰਦੀ ਹੈ, ਦਿਮਾਗ ਵੀ ਫਰੈਸ਼ ਰਹਿੰਦਾ ਵਾ ਤੇ ਸਭ ਕੁਛ ਵਧੀਆ ਰਹਿੰਦਾ, ਘਰ ਦਾ ਮਾਹੌਲ ਵੀ ਵਧੀਆ ਰਹਿੰਦਾ ਵਾ। ਇਸ ਕਰਕੇ ਹੱਸਣਾ ਖੇਡਣਾ ਬੜਾ ਜ਼ਰੂਰੀ ਹੁੰਦਾ ਵਾ ਕਿ ਜ਼ਿੰਦਗੀ ਦੇ ਵਿੱਚ। ਜ਼ਿੰਦਗੀ ਉਹੀ ਚੱਲਦੀ ਜਿਹੜੀ ਚੱਲਣ ਦੀ, ਇਹ ਤਾਂ ਆਪਣੀ ਰਫਤਾਰ ਨਾਲ ਚੱਲੀ ਜਾਂਦੀ ਆ। ਜੇ ਜ਼ਿੰਦਗੀ ਨੂੰ ਚੱਲਣ ਵਾਸਤੇ ਚਲੋ ਹਾਸੇ ਭਾਣੇ ਨਾਲ ਚੱਲਦੇ ਰਹਾਂਗੇ ਤੇ ਪਰਿਵਾਰ ਦੇ ਵਿੱਚ ਮਾਹੌਲ ਵੀ ਵਧੀਆ ਬਣਿਆ ਰਹਿੰਦਾ ਤੇ ਇੱਕ ਪਰਿਵਾਰ ਦੇ ਵਿੱਚ ਵਧੀਆ ਤਰੀਕੇ ਦੇ ਨਾਲ ਆਪਾਂ ਅੱਛਾ ਰਹਿ ਸਕਦੇ ਹਾਂ, ਜ਼ਿੰਦਗੀ ਵਧੀਆ ਕੱਟੀ ਜਾਂਦੀ ਆ। ਇਸੇ ਤਰ੍ਹਾਂ ਆਪਾਂ ਖੁਸ਼ ਤੇ ਪਰਿਵਾਰ ਖੁਸ਼, ਜੇ ਆਪਾਂ ਖੁਸ਼ ਹੋਵਾਂਗੇ ਤਾਂ ਹੀ ਆਪਾਂ ਆਪਣੇ ਪਰਿਵਾਰ ਨੂੰ ਖੁਸ਼ ਰੱਖਾਂਗੇ। ਇਸ ਕਰਕੇ ਖੁਦ ਖੁਸ਼ ਰਹੋ ਤੇ ਪਰਿਵਾਰ ਤੇ ਆਪਣਾ ਫਿਰ ਆਟੋਮੈਟਿਕਲੀ ਖੁਸ਼ ਹੋ ਜਾਂਦਾ। ਨਹੀਂ ਨਹੀਂ ਖੁਸ਼ ਰਹਿਣਾ, ਗੱਲਾਂ ਬਾਤਾਂ ਚਲੋ ਕੋਈ ਗੱਲ ਨਹੀਂ ਵੀ ਹਾਸੇ ਵਾਲੀ ਹੁੰਦੀ ਤੇ ਕੋਈ ਹਾਸੇ ਵਾਲੀ ਵੀ ਹੁੰਦੀ ਆ, ਕੋਈ ਗੱਲ ਵਧੀਆ ਵੀ ਹੋ ਜਾਂਦੀ ਤੇ ਕੋਈ ਮਾੜੀ ਵੀ ਹੋ ਜਾਂਦੀ ਆ। ਤੇ ਹਰ ਵਕਤ ਇਹ ਨਹੀਂ ਹੁੰਦਾ ਕਿ ਜਿਹੜੀ ਗੱਲ ਸੋਚੀ ਆ ਤੇ ਉਹ ਹੀ ਬੋਲਾਂਗੇ, ਪਰ ਜਿਹੜੀ ਸੋਚੀ ਹੁੰਦੀ ਉਹ ਬੋਲੀ ਨਹੀਂ ਜਾਂਦੀ, ਜੋ ਬੋਲੀ ਜਾਂਦੀ ਉਹ ਸੋਚੀ ਨਹੀਂ ਹੁੰਦੀ, ਗੱਲ ਇਸ ਤਰ੍ਹਾਂ ਦੀ ਹੁੰਦੀ ਆ। ਤੇ ਇਸੇ ਤਰ੍ਹਾਂ ਕਰਕੇ ਚਲੋ ਜੀ, ਸਾਰਿਆਂ ਦੇ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਘਰ ਪਰਿਵਾਰ ਦੇ ਵਿੱਚ, ਹੱਸਦੇ ਖੇਡਦੇ ਰਹੋ। ਅੱਛਾ ਸਵੇਰ ਦੀ ਬਣਾਈ ਨੀ ਰੋਟੀ? ਰੋਟੀ ਬਣੀ ਪਈ ਆ, ਘੜੀ ਮੁੜੀ ਜਾਂਦੀ ਤੇ ਰਸੋਈ ਤੇ ਭੁੱਖੀ ਬੈਠੀ ਫਿਰ ਵੀ ਸਨੋਈ। ਚਲੋ ਠੀਕ ਆ ਜੀ, ਓਕੇ। ਇਸ ਟਾਈਮ ਹੋ ਗਿਆ ਦੁਪਹਿਰ ਦਾ, 1:30 ਦਾ ਟਾਈਮ ਹੋ ਗਿਆ ਤੇ ਸਬਜ਼ੀ ਜਿਹੜੀ ਕਿ ਤੁਹਾਨੂੰ ਪਤਾ ਮੈਂ ਕੱਟ ਕੇ ਰੱਖੀ ਸੀਗੀ, ਹੁਣ ਆਪਾਂ ਲਗਾਉਂਗੇ ਤੜਕਾ। ਕੱਲ ਲਗਾਉਣ ਵਾਸਤੇ ਕੜਾਹੀ ਆਪਾਂ ਰੱਖ ਦਿੱਤੀ, ਇਹਦੇ ਵਿੱਚ ਪਾਉਂਗੇ ਤੇਲ ਤੇ ਸਭ ਤੋਂ ਪਹਿਲਾਂ ਆਪਾਂ ਕਰਨਾ ਵਾ ਜਿਹੜੇ ਪਰਿਵਾਰ ਆ ਉਹਨਾਂ ਨੂੰ ਫਰਾਈ। ਕੜਾਹੀ ਜਾਰੀ ਨਾ ਛੱਡ ਜਾਵੇ ਤਾਂ ਫਿਰ ਗੱਲਾਂ ਕਰ ਦਿੱਤੀ, ਫਿਰ ਨਾਲ ਦੀ ਨਾਲ ਆਪਾਂ ਦੂਜੀ ਸਾਈਡ ਤੇ ਰੱਖ ਲਾਂਗੇ ਆਪਣੀ ਚਾਹ ਭਰਨ ਵਾਸਤੇ। 2 ਵਜੇ ਦਾ ਟਾਈਮ ਆ, ਤੁਹਾਨੂੰ ਪਤਾ ਪ੍ਰਭ ਦੇਵੀ ਸਕੂਲ ਤੋਂ ਆਉਣ ਦਾ ਟਾਈਮ ਹੋ ਗਿਆ ਹੈ। ਚਲ ਹੋ ਗਏ ਆਪਣਾ ਗਰਮ ਤੇ ਹੁਣ ਆਪਾਂ ਨੂੰ ਪਾ ਲਾਂਗੇ ਤੇਲ ਚੱਪੜਾ। ਆਪਣੀ ਸਬਜ਼ੀ ਤੇ ਉਹ ਚਾਹ ਬਣਦੀ ਪਈ ਆ ਤੇ ਆਪਾਂ ਇੱਥੇ ਛਾਣ ਲਾਂਗੇ ਆਟਾ ਤੇ ਫਿਰ ਮੈਂ ਆਟਾ ਗੁੰਨ ਲਾਂਗੀ, ਕਿਉਂਕਿ ਟਾਈਮ ਦੀ ਬੱਚਤ ਤੇ ਸੇਵਿੰਗ ਕਰਨਾ ਇੱਕ ਲੇਡੀ ਤੋਂ ਬਿਹਤਰ ਹੋਰ ਕੋਈ ਨਹੀਂ ਜਾਂਦਾ। ਤੇ ਇੱਕ ਔਰਤ ਨੂੰ ਪਤਾ ਕਿਚਨ ਦੇ ਵਿੱਚ ਕਿੱਦਾਂ ਜਲਦੀ ਜਲਦੀ ਸਾਰੇ ਕੰਮ ਨਿਪਟਾਉਣੇ ਨੇ। ਤੇ ਆਹ ਵੇਖੋ ਗਾਇਸ, ਜਿਹੜੀ ਆਪਾਂ ਕੱਲ ਛਾਣੀ ਲਈ ਸੀਗੀ ਇਹ ਵੀ 10 ਰੁਪਏ ਦੀ ਛਾਣੀ ਆ। ਤੇ ਵੇਖੋ ਬਹੁਤ ਵਧੀਆ ਵਾ, ਇਹ ਨਹੀਂ ਹੈ ਕਿ ਹਲਕੀ ਹੈ, ਜਲਦੀ ਕਿ ਜਿਹੜੀ ਆਟਾ ਜ਼ਿਆਦਾ ਪਾ ਲਾਂਗੇ ਤੇ ਸ਼ਾਇਦ ਉਹ ਲੇਪੀ ਜਾਵੇ ਸਾਰੀ ਖਰਾਬ ਹੀ ਹੋ ਜਾਵੇ, ਬਿਲਕੁਲ ਵੀ ਬਹੁਤ ਵਧੀਆ ਛਾਣੀ ਆ। 10 ਰੁਪਏ ਦੇ ਵਿੱਚ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਆਉਂਦਾ ਕੀ ਹੈ। ਚਾਰੇ ਪਾਸੇ ਮੇਰੀ ਮਰਦੀ ਨੀ ਕਿਤੇ ਮੇਰੀ ਚਾਹ ਨਾ ਉੱਪਰ ਦੇ, ਜਿਹੜਾ ਆਹ ਮੈਨੂੰ ਖਾਣ ਆਹ ਚਾਹੀਦੀ ਆਪਾਂ ਨੂੰ ਬੁੰਦਾ ਨੀ, ਇਸ ਕਰਕੇ ਆਪਾਂ ਉੱਪਰ ਹੀ ਰਹਿਣ ਦਾਂਗੇ। ਲੋ ਗਾਇਸ, ਚਾਹ ਆਪਣੀ ਬਣ ਗਈ, ਹੁਣ ਆਪਾਂ ਚਾਹ ਲਵਾਂਗੇ ਪੂਣ ਪੂਣ ਕੇ ਆਪਾਂ ਥਰਮੋਸ ਦੇ ਵਿੱਚ ਰੱਖ ਦਾਂਗੇ। ਦੂਜੀ ਸਾਈਡ ਦੇ ਲੋ ਗਾਇਸ, ਇੱਕ ਜਿਹੜਾ ਪੂਰਾ ਆਪਣਾ ਪੂਰਾ ਜਿਹੜਾ ਚੰਗੀ ਤਰ੍ਹਾਂ ਫਰਾਈ ਹੋ ਕੇ ਨਿਕਲ ਗਿਆ ਹੈ।
ਜਦੋਂ ਤੱਕ ਆਪਣੇ ਦੂਸਰੇ ਕੰਮ ਚੱਲਦੇ ਪਏ ਤੇ ਨਾਲ ਦੀ ਨਾਲ ਹੀ ਆਪਾਂ ਤੜਕੇ ਦੀ ਤਿਆਰੀ ਕਰਾਂਗੇ। ਤੜਕਾ ਆਲਮੋਸਟ ਮੈਂ ਕੱਟ ਕੇ ਰੱਖਿਆ, ਬਸ ਰਹਿ ਗਿਆ ਸੀਗਾ ਟਮਾਟਰ ਤੇ ਹਰੀ ਮਿਰਚ। ਹਰੀ ਮਿਰਚ ਤੇ ਟਮਾਟਰ ਆਪਾਂ ਕੱਟ ਕੇ ਰੱਖ ਲਈਏ। ਇੱਧਰ ਇੱਕ ਆਪਣਾ ਇੱਕ ਦੂਜ ਜਿਹੜਾ ਵਾ ਫਰਾਈ ਹੋ ਗਿਆ ਤੇ ਦੂਜਾ ਹੁਣ ਦੱਬਿਆ ਵਾ ਤੇ ਤੜਕੇ ਦੀ ਤਿਆਰੀ ਕਰਦੀ ਹੈ। ਉਸ ਤੋਂ ਬਾਅਦ ਆਪਾਂ ਨਾਲ ਹੀ ਗੁੰਨ ਲਾਂਗੇ ਆਟਾ। ਮੈਂ ਸਾਰਾ ਕੁਝ ਇਹਦੇ ਵਿੱਚ ਹੀ ਕੱਟ ਲਿਆ, ਅਦਰਕ ਹਰੀ ਮਿਰਚ ਲਸਣ ਟਮਾਟਰ ਵੀ ਇਹਦੇ ਵਿੱਚ ਹੀ ਕੱਟ ਦੇਣਾ ਵਾ ਤੇ ਪਿਆਜ਼। ਤੁਸੀਂ ਆਪਣੇ ਸਵਾਦ ਅਨੁਸਾਰ ਜੋ ਵੀ ਤੁਸੀਂ ਪਾਉਣਾ ਪਾ ਸਕਦੇ ਜੀ। ਤੇ ਇਹ ਫੋਨ ਅੱਜ ਮੈਂ ਜਗਰੂਪ ਦਾ ਯੂਜ ਕਰਦੀ ਪਈ ਹਾਂ। ਮੇਰਾ ਫੋਨ ਜਿਹੜਾ ਸੀ ਉਹਦੇ 'ਤੇ ਵੀਡੀਓ ਅਪਲੋਡਿੰਗ 'ਤੇ ਲੱਗੀ ਹੋਈ ਸੀਗੀ ਅਤੇ ਇਹਦੀ ਥੋੜ੍ਹੀ ਕੁਆਲਿਟੀ ਜਿਹੜੀ ਗੱਲ ਹੋ ਰਹੀ ਆ, ਤੁਸੀਂ ਬਸ ਐਡਜਸਟ ਕਰ ਲਿਓ ਕਿਉਂਕਿ ਤੁਹਾਨੂੰ ਪਤਾ ਇੱਕ ਸਾਈਡ 'ਤੇ ਵੀਡੀਓ ਅਪਲੋਡ ਲਾਉਣੀ ਜ਼ਰੂਰੀ ਹੈ ਕਿਉਂਕਿ ਸਾਡੇ ਕੋਲ 5 ਵਜੇ ਪੂਰੀ ਆਪਣੀ ਵੀਡੀਓ ਜਿਹੜੀ ਆ ਪਹੁੰਚਣੀ ਜ਼ਰੂਰੀ ਹੁੰਦੀ ਆ ਅਤੇ ਆਪਣੀ ਡੇਲੀ ਵੀਡੀਓ ਜਿਹੜੀ ਆ 5 ਵਜੇ ਪਹੁੰਚ ਜਾਂਦੀ ਹੈ ਤੁਹਾਡੇ ਤੋਂ ਬਾਅਦ ਸ਼ਾਮ ਨੂੰ। ਅਤੇ ਪਲੀਜ਼ ਫੁੱਲ ਵਾਚ ਕਰਿਆ ਕਰੋ, ਸਪੋਰਟ ਕਰੋ, ਲਾਈਕ ਕਰੋ, ਸ਼ੇਅਰ ਕਰੋ, ਕਮੈਂਟ ਵੀ ਕਰੋ। ਅਤੇ ਮੈਨੂੰ ਇਹ ਕਿ ਬਸ ਮੈਂ ਬੱਚਿਆਂ ਆਉਣ ਤੋਂ ਪਹਿਲਾਂ ਅਤੇ ਪ੍ਰਭ ਆਉਣ ਤੋਂ ਪਹਿਲਾਂ ਜਲਦੀ ਜਲਦੀ ਫ੍ਰੀ ਹੋ ਜਾਂਦੇ, ਫਿਰ ਆਰਾਮ ਨਾਲ ਬੈਠ ਕੇ ਚਾਹ ਪੀਵਾਂਗੇ। ਚਾਹ ਆਪਾਂ ਇੱਧਰ ਬਣਾ ਕੇ ਰੱਖੀ ਹੋਈ ਆ। ਇੱਕ ਪਿਆਜ਼ ਵੀ ਪਾ ਲਈਏ। ਬਸ ਫਿਰ ਕੱਢ ਲਿਆ ਤੇ ਹੁਣ ਆਪਾਂ ਜੋ ਵੀ ਸਾਰਾ ਕੁਝ ਸਮਾਨ ਚੰਗੀ ਤਰ੍ਹਾਂ ਬਰਾਊਨ ਕਰਕੇ ਫਿਰ ਉਸ ਨਮਕ ਵਿੱਚ ਹੀ ਪਾ ਕੇ ਤੇ ਜਿਹੜੇ ਫਰਾਈ ਕੀਤੇ ਹੋਏ ਪਰਵਰ ਆ ਉਹ ਆਪਾਂ ਵਿੱਚ ਪਾ ਲਾਂਗੇ ਤੇ ਸਵਾਦ ਅਨੁਸਾਰ ਪਾ ਸਕਦੇ ਜੇ। ਤੇ ਬਸ ਇਹੋ ਸੀਗੀ ਅੱਜ ਆਪਣੀ ਪਰਵਰ ਦੀ ਰੈਸਪੀ ਤੇ ਹੁਣ ਆਪਾਂ ਮਿਲਦੇ ਤੁਹਾਨੂੰ ਸਬਜ਼ੀ ਬਣਾ ਕੇ ਤੇ ਨਾਲ ਦੀ ਨਾਲ ਮੈਂ ਆਟਾ ਵੀ ਖੁੱਲ੍ਹ ਕੇ ਰੱਖ ਲਿਆ ਮੈਂ ਤੁਹਾਨੂੰ ਵੀ ਦੱਸਦਾ।